ਜਦੋਂ ਮੈਂ ਕਹੂੰਗਾ ਦਿਲ ਤੋਂ ਸਾਡੀ ਗਰੰਟੀ ਹੈ ਕਿ ਤੂੰ ਐਮਐਲਏ ਸਰਦਾਰ ਜਸਵੀਰ ਸਿੰਘ ਸੰਧੂ ਜੀ ਦਾ ਬੜਾ ਦਿਲ ਤੇ ਗਹਿਰਾਈਆਂ ਤੋਂ ਧੰਨਵਾਦ ਕਰਦਾ ਵਾਂ ਜਿਹੜਾ ਅੱਜ ਕੀਮਤੀ ਸਮਾਂ ਕੱਢ ਕੇ ਸਾਡੇ ਵਿਚਕਾਰ ਆਏ ਸਾਡੀ ਵਾਰਡ ਦੇ ਵਿੱਚ ਆਏ ਬਾਕੀ
ਦੇ ਵਿੱਚ ਸ਼ਾਮਲ ਕੀਤਾ। ਬਾਕੀ ਮੈਂ ਵੀ ਵਿਸ਼ਵਾਸ ਦਿਵਾਉਂਦਾ ਵਾਂ ਕਿ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਕਿ ਪਾਰਟੀ ਲਈ ਜੋ ਵੀ ਆਪਾਂ ਕਰ ਸਕਦੇ ਹਾਂ, ਮਿਹਨਤ ਕਰ ਸਕਦੇ ਹਾਂ, ਦਿਲੋਂ ਸਾਥ ਹਾਂ ਅਤੇ ਦਿਲੋਂ ਹੀ ਸਾਥ ਦਿੰਦੇ ਰਹਾਂਗੇ। ਮੈਨੂੰ ਬਹੁਤ ਆਪਣੇ ਆਪ ਤੇ ਮਾਣ ਫੀਲ ਹੋ ਰਿਹਾ ਹੈ ਕਿ ਅੱਜ ਇੰਨੀ ਸੰਗਤ ਆ ਜਿਹੜਾ ਹਾਰ ਹੈ ਉਹ ਆਮ ਆਦਮੀ ਪਾਰਟੀ ਨੂੰ ਸੁਣਨ ਵਾਸਤੇ ਵੇਖਣ ਵਾਸਤੇ ਸੰਘਰਸ਼ ਹੋਣ ਕੀ ਹੋਈ ਪਾਰਟੀ ਹੈ ਉਹਨਾਂ ਦੇਸ਼ ਭਗਤਾਂ ਦੀ ਪਾਰਟੀ ਹੈ ਜਿਹਨਾਂ ਨੇ ਕਰਪਸ਼ਨ ਆਪਾਂ ਇਕੱਲੇ ਬਹਿ ਕੇ ਪੱਛਮੀ ਅੰਮ੍ਰਿਤਸਰ ਨੂੰ ਨਹੀਂ ਦੇਖਣਾ, ਆਪਾਂ ਸਾਰੇ ਪੰਜਾਬ ਨੂੰ ਦੇਖਣਾ, ਸਾਰੇ ਭਾਰਤ ਨੂੰ ਦੇਖਣਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ। ਇਹ ਮੇਰੇ ਵੀਰੋ ਤਾਂ ਹੀ ਸੰਭਵ ਆ